ਅਜੀ ਬਾਈ ਆ 10 ਦਿਨਾਂ ਦਾ ਬੱਸਾ ਦੇਖਦੇ ਆ ਪੁੱਛਦੇ ਆ 10-10 ਦਿਨਾਂ ਦੇ ਮੈਨੀ ਪੈਂਸ ਹੁਸਨ ਇੱਥੇ ਜਾਣੀ ਇਹਦਾ ਬਣ ਗਿਆ 6-7 ਹਜ਼ਾਰ ਰੁਪਈਆ ਆ 10 ਦਿਨਾਂ ਦੇ ਬੱਸੇ ਦਾ ਆ 10-10 ਦਿਨਾਂ ਦੇ ਵੇਚਦੇ ਨੇ ਇਹ 6-6 ਹਜ਼ਾਰ ਰੁਪਏ ਦਾ ਬੱਸਾ ਵਿਕਦਾ 10 ਦਿਨਾਂ ਦਾ ਬੱਸੀ ਦਾ ਵੇਚਦੇ ਨਹੀਂ ਹੈਗੇ ਜਿੰਨੇ ਬੱਸੇ ਹੁੰਦੇ ਆ ਸਾਰੇ ਵੇਚ ਦਿੰਦੇ ਆ ਰੋਜ਼ਾਨੀ ਕੋਈ 8 ਦਿਨਾਂ ਦਾ ਕੋਈ 5 ਦਿਨਾਂ ਦਾ ਜਾਣੀ ਦੁੱਧ ਲੱਗਣ ਦੀ ਆ 30-40 ਲੰਗ ਨੂੰ ਦੁੱਧ ਲੱਗ ਜਾਂਦਾ 5-7 ਹਜ਼ਾਰ ਦਾ ਇੱਥੇ ਬੱਸੇ ਵਿਕਦੇ ਨੇ ਪੂਰਾ ਪੂਰਾ ਬੱਸੇ ਦੇਖ ਲਓ ਛੋਟੇ ਛੋਟੇ ਬੱਸੇ ਨੇ ਹਾਂ ਆਹ 6-6-7-7 ਹਜ਼ਾਰ ਦੇ ਵਿਕਦੇ ਆ ਇਹ ਲੈ ਕੇ ਜਾਂਦੇ ਪਾਲਣ ਵਾਲੇ ਘਰੇ ਫਿਰ ਵੱਢਣ ਵੁੱਢਣ ਵਾਲੇ ਉਹ ਫਿਰ ਪਾਲ ਕੇ ਵੱਡਾ ਕਰਕੇ ਇਹਨਾਂ ਨੂੰ ਫਿਰ ਉਹਨਾਂ ਦੇ ਪਏ ਮਹਿੰਗੇ ਭਾਅ 'ਚ ਵਿਕ ਜਾਂਦੇ ਦੇਖੋ ਪੂਰਾ ਪੂਰਾ ਬੱਸੇ ਨੇ ਜਿਹੜੇ 6-6-7-7 ਹਜ਼ਾਰ ਦੇ ਵਿਕਦੇ ਨੇ ਆਹ ਦੇਖੋ ਆਹ ਲਾਲ ਬੱਸਾ ਉਹਦੇ ਸਿੰਘ ਤਾਂ ਅੱਕੇ ਹਟਿਆ ਦੇਖ ਇਹ ਉਹ ਨੇ ਵੀ ਜਿਵੇਂ ਬੱਸੀ ਨਹੀਂ ਕੋਈ ਵੇਚਦੇ ਜਾਣੀ ਛੋਟੀ ਬੱਸੇ ਹੀ ਵੇਚਦੇ ਆ ਵੱਡੇ 6-6-7-7 ਹਜ਼ਾਰ ਦੇ ਵਿਕੀ ਜਾਂਦੇ ਆ ਮੈਂ ਹੈਰਾਨ ਹਾਂ ਮੈਂ ਕਿਹਾ ਦੇਖ ਲਓ ਕਿੱਡੇ ਕਿੱਡੇ ਬੱਸੇ ਆਪਣੇ ਊਂ ਛੱਡੇ ਜਾਂਦੇ ਆ ਅਤੇ ਇੱਥੇ ਆ ਜਾਂਦੇ 7-7 ਹਜ਼ਾਰ ਦੇ ਵਿਕਦੇ ਆ ਦੇਖੋ ਛੋਟੇ ਛੋਟੇ ਬੱਸੇ ਕੋਈ ਬਾਹਲੇ ਦਿਨਾਂ ਦਾ ਵੀ ਨਹੀਂ 10-10 ਮਹੀਨੇ ਦਾ ਤਾਂ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਦਾ ਉਹ ਮਹਿੰਗਾ ਹੀ ਹੋਊਗਾ ਹੋਊ 10-15 ਹਜ਼ਾਰ ਦਾ ਇੰਡੀਆ ਦੇ ਮਹੀਨੇ ਦਾ ਜਾਣੀ ਆ 6 ਦਾ ਵਿਕ ਜਾਂਦਾ ਕੋਈ 7 ਦਾ ਜਾਣੀ ਹਫ਼ਤਾ 10 ਦਿਨਾਂ ਦੇ ਵੇਚ ਦਿੰਦੇ ਨੇ 7 ਦਿਨਾਂ ਦੇ ਬੱਸੇ ਵੇਚ ਦਿੰਦੇ ਨੇ